Why Media Group? The fastest growing media group in North America. ਔਰ ਹੁਣ ਕੁਛ ਵਾਈ ਮੀਡੀਆ ਰੀਅਲ ਸਟੇਟ ਰਿਪੋਰਟ ਔਰ ਵਾਈ ਮੀਡੀਆ ਕ੍ਰਾਈਮ ਰਿਪੋਰਟ ਜਿਹੜੀ ਹੈ ਉਹਦੇ ਨਾਲ ਰਿਲੇਟਡ ਕੁਛ ਖਬਰਾਂ ਜਿਹੜੀਆਂ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੇ ਅਸੀਂ ਗੱਲਬਾਤ ਕਰਾਂਗੇ ਵਾਈ ਮੀਡੀਆ ਰੀਅਲ ਸਟੇਟ ਰਿਪੋਰਟ ਦੀ। ਵਾਈ ਮੀਡੀਆ ਰੀਅਲ ਸਟੇਟ ਰਿਪੋਰਟ ਦੇ ਵਿੱਚ ਜੋ ਟ੍ਰੈਂਡ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹਦੇ ਵਿੱਚ ਅਸੀਂ ਦੇਖ ਰਹੇ ਹੈਗੇ ਹਾਂ ਕਿ ਇਸ ਸਮੇਂ ਜਿਹੜੇ ਬਹੁਤ ਸਾਰੇ ਲੋਕ ਇਨਵੈਸਟਮੈਂਟ ਪਰਪਸ ਵਾਸਤੇ, ਖਾਸ ਕਰ ਘਰਾਂ ਨੂੰ ਫਲਿੱਪ ਕਰਨ ਵਾਸਤੇ ਜਿਹੜੀਆਂ ਪ੍ਰਾਪਰਟੀਜ਼ ਖਰੀਦ ਰਹੇ ਸੀਗੇ, ਨਾ ਸਿਰਫ ਉਹਦੇ ਵਿੱਚ ਹੁਣ ਕਈ ਪ੍ਰਾਪਰਟੀਜ਼ ਦੇ ਵਿੱਚ ਲਾਸਿਸ ਜਿਹੜੇ ਨੇ ਨਜ਼ਰ ਆ ਰਹੇ ਨੇ, ਬਲਕਿ ਕਈ ਪ੍ਰਾਪਰਟੀਜ਼ ਦੇ ਵਿੱਚ ਕਈ ਪ੍ਰਾਪਰਟੀਜ਼ ਤਾਂ ਜਿਹੜੀਆਂ ਕਿ ਪ੍ਰੋਫਿਟ ਲਈ ਖਰੀਦੀਆਂ ਗਈਆਂ ਸੀ ਉਹ ਹੁਣ ਪਾਵਰ ਆਫ ਸੇਲ ਤੱਕ ਤੇ ਵੀ ਜਾਂਦੀਆਂ ਨਜ਼ਰ ਆ ਰਹੀਆਂ ਨੇ ਔਰ ਇਹਦੇ ਨਾਲ ਕਾਫੀ ਬੜਾ ਨੁਕਸਾਨ ਜਿਹੜਾ ਪ੍ਰਾਪਰਟੀ ਜੋ ਲੋਕ ਫਲਿੱਪ ਕਰਦੇ ਸੀ ਜਾਂ ਫਿਰ ਕਿਤੇ ਉਹ ਲੋਕ ਇਨਵੈਸਟਮੈਂਟ ਕਰਨ ਲਈ ਦੇਖਦੇ ਸੀ ਉਹਦੇ ਵਿੱਚ ਕਾਫੀ ਬੜੇ ਪੈਮਾਨੇ ਦੇ ਉੱਤੇ ਜਿਹੜਾ ਉਹ ਨੁਕਸਾਨ ਹੁੰਦਾ ਨਜ਼ਰ ਆ ਰਿਹਾ। ਆਖਿਰਕਾਰ ਕਾਰਨ ਕੀ ਹੋਇਆ ਅਸੀਂ ਦੱਸ ਦਈਏ ਕਿ ਇੱਕ ਤੇ ਜਿਹੜੀ ਕੰਸਟਰਕਸ਼ਨ ਕਾਸਟ ਹੈ ਉਹ ਉੱਪਰ ਚਲੀ ਗਈ, ਇਸ ਤੋਂ ਇਲਾਵਾ ਇੰਟਰਸਟ ਰੇਟ ਜਿਹੜੇ ਨੇ ਉਹ ਅਚਾਨਕ ਕਾਫੀ ਜ਼ਿਆਦਾ ਉੱਪਰ ਚਲੇ ਗਏ ਜਿਹਦੇ ਕਾਰਨ ਕਿ ਦਿੱਕਤਾਂ ਜਿਹੜੀਆਂ ਨੇ ਉਹ ਉੱਪਰ ਚਲੀ ਗਈਆਂ। ਔਰ ਇੱਥੇ ਅਸੀਂ ਦੱਸ ਦਈਏ ਕਿ ਹਾਈ ਇੰਟਰਸਟ ਰੇਟ ਤਾਂ ਇੱਕ ਬੜਾ ਕਾਰਨ ਹੈ ਹੀ ਹੈ, ਘਰਾਂ ਦੀਆਂ ਕੀਮਤਾਂ ਜਿਹੜੀਆਂ ਕਾਫੀ ਘੱਟ ਗਈਆਂ ਹੈਗੀਆਂ ਨੇ ਔਰ ਬਹੁਤ ਸਾਰੇ ਐਸੇ ਜਿਹੜੇ ਰੈਨੋਵੇਟਰ ਸੀਗੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ ਕਿ ਕੰਸਟਰਕਸ਼ਨ ਕਾਸਟ ਹੀ ਨਹੀਂ ਇਕੱਲੀ ਲੇਬਰ ਕਾਸਟ, ਮਟੀਰੀਅਲ ਕਾਸਟ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਉੱਪਰ ਚਲੀਆਂ ਗਈਆਂ ਨੇ ਜਿਹਦਾ ਕਿ ਨੁਕਸਾਨ ਬਹੁਤ ਸਾਰੇ ਲੋਕਾਂ ਨੇ ਸਿਆ। ਅਸੀਂ ਦੱਸ ਦਈਏ ਕਿ ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਰੀਸੈਂਟਲੀ ਮਿਲ ਰਹੀਆਂ ਜਿਨ੍ਹਾਂ ਨੇ ਕਿ ਲੱਖ, ਦੋ ਲੱਖ, ਪੰਜ ਲੱਖ, ਈਵਨ ਰਿਪੋਰਟਸ ਐਸੀਆਂ ਆ ਰਹੀਆਂ ਕਿ ਹਾਫ ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਕਈ ਲੋਕਾਂ ਨੇ ਇਸ ਘਰਾਂ ਦੇ ਵਿੱਚ ਜਿਹੜੇ ਲੋਕ ਪੈਸੇ ਬਣਾਉਣ ਦੇ ਲਈ ਸਿਰਫ ਘਰ ਬਾਏ ਕੀਤੇ ਸੀਗੇ ਜਾਂ ਕਿਸੇ ਨੇ ਕੋਈ ਘਰ ਜਿਹੜਾ ਸਿਰਫ ਇਸ ਲਈ ਲਿਆ ਸੀਗਾ ਕਿ ਉਹਨੂੰ ਪੂਰਾ ਘਰ ਤੋੜ ਕੇ ਪੂਰਾ ਨਵਾਂ ਘਰ ਬਣਾ ਦਿੱਤਾ ਜਾਏਗਾ, ਇਹ ਸਾਰਾ ਕੁਛ ਬਹੁਤ ਬੜਾ ਨੁਕਸਾਨ ਹੋਇਆ। ਜੇ ਅਸੀਂ ਓਵਰਆਲ ਗੱਲ ਕਰੀਏ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ ਪੀਕ ਜਿਹੜੀ ਸੀਗੀ ਘਰਾਂ ਦੀ ਕੀਮਤਾਂ ਦੀ ਉਹ ਸੀਗੀ ਫਰਵਰੀ 2022। ਅੱਜ ਦੀ ਗੱਲ ਕਰੀਏ ਤੇ 17% ਅਸੀਂ ਟ੍ਰਿਪ ਦੇ ਹਵਾਲੇ ਨਾਲ ਰਿਪੋਰਟ ਵਾਲੀ ਨੰਬਰ ਜਿਹੜਾ ਵਾਲਾ ਨੰਬਰ ਪਰਟੀਕੁਲਰ ਟ੍ਰਿਪ ਦੇ ਹਵਾਲੇ ਨਾਲ ਸ਼ੇਅਰ ਕਰ ਰਹੇ ਹਾਂ। ਜੇ ਟ੍ਰਿਪ ਦੇ ਨੰਬਰ ਦੇਖੀਏ ਤੇ ਫਰਵਰੀ 2022 ਤੋਂ ਅੱਜ ਦਾ ਜਿਹੜਾ ਤਾਜ਼ਾ ਨੰਬਰ ਹੈ ਉਹ 17% ਜਿਹੜਾ ਉਹ ਡਰੋਪ ਹੈਗਾ। ਇਸ ਦੇ ਵਿੱਚ ਹੁਣ ਜੇ ਅਸੀਂ ਏਰੀਆ ਵਾਈਜ਼ ਗੱਲ ਕਰੀਏ ਤੇ ਸਭ ਤੋਂ ਜ਼ਿਆਦਾ ਘਰਾਂ ਦੀ ਕੀਮਤ ਕਿੱਥੇ ਗਿਰੀ ਹੈ? ਕਿੰਗ ਸਿਟੀ ਦੇ ਵਿੱਚ। ਕਿੰਗ ਸਿਟੀ ਦੇ ਵਿੱਚ 43% ਜਿਹੜਾ ਪ੍ਰਾਈਸ ਡਰੋਪ ਆਇਆ, 43% ਘਰਾਂ ਦੀ ਕੀਮਤ ਘਟੀ ਹੈ। ਲੇਕਿਨ ਕਿੰਗ ਸਿਟੀ ਤੋਂ ਬਾਅਦ ਬਰੈਂਪਟਨ ਕੋਈ ਜ਼ਿਆਦਾ ਪਿੱਛੇ ਨਹੀਂ ਹੈ। ਬਰੈਂਪਟਨ ਦੇ ਵਿੱਚ ਜਿਹੜੀ ਘਰਾਂ ਦੀ ਕੀਮਤ ਹੈ ਫਰਵਰੀ 2022 ਤੋਂ ਬਾਅਦ ਅੱਜ ਤੱਕ 23% ਜਿਹੜੀ ਕੀਮਤ ਗਿਰੀ ਹੈ। ਤੀਸਰੇ ਨੰਬਰ ਦੇ ਉੱਤੇ ਪਿਕਰਿੰਗ ਹੈ, ਪਿਕਰਿੰਗ ਵੀ ਜ਼ਿਆਦਾ ਦੂਰ ਨਹੀਂ ਹੈ, ਪਿਕਰਿੰਗ ਦੇ ਵਿੱਚ 22% ਪ੍ਰਾਈਸ ਡਰੋਪ ਆਇਆ, 22%। ਜੇ ਅਸੀਂ ਸਿਟੀ ਆਫ ਟੋਰੋਂਟੋ ਦੀ ਇਕੱਲੇ ਗੱਲ ਕਰੀਏ, ਅਸੀਂ ਜਿਹੜਾ 17% ਨੰਬਰ ਦਿੱਤਾ ਸੀ ਉਹ ਤੁਹਾਨੂੰ ਗ੍ਰੇਟਰ ਟੋਰੋਂਟੋ ਏਰੀਆ ਦਾ ਦਿੱਤਾ ਸੀ ਓਵਰਆਲ, ਪਰ ਜੇ ਅਸੀਂ ਇਕੱਲੇ ਸਿਟੀ ਆਫ ਟੋਰੋਂਟੋ ਦੀ ਗੱਲ ਕਰੀਏ ਤੇ ਸਿਟੀ ਆਫ ਟੋਰੋਂਟੋ ਦੇ ਵਿੱਚ 8% ਜਿਹੜਾ ਉਹ ਡਿਕਲਾਈਨ ਆਇਆ ਹੈਗਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਡਿਟੈਚ ਘਰਾਂ ਦੀ ਜਿਹੜੀ ਕੀਮਤ ਹੈਗੀ ਹੈ ਉਹ ਹਜੇ ਵੀ ਸਟਰੋਂਗ ਡਿਮਾਂਡ ਹੈਗੀ ਹੈ ਡਿਟੈਚ ਘਰਾਂ ਦੀ, ਲੇਕਿਨ ਫਿਰ ਵੀ ਓਵਰਆਲ ਜਿਹੜੀਆਂ ਕੀਮਤਾਂ ਨੇ ਉਹਦੇ ਵਿੱਚ ਵੀ ਕਾਫੀ ਕਮੀ ਆਈ ਹੈ। ਹੁਣ ਕਿਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਸੀਗੇ ਕਿ ਕਿਸੇ ਹੋਰ ਸ਼ਹਿਰ 'ਚ ਕੋਈ ਮੌਕਾ ਮਿਲੇਗਾ, ਤੁਸੀਂ ਜੇ ਟੋਰੋਂਟੋ ਤੋਂ ਬਾਹਰ ਵੀ ਆ ਜਾਓ ਰਿਚਮੰਡ ਹਿੱਲ, ਉੱਥੇ 11.5% ਜਿਹੜੀ ਹੈ ਉਹ ਕੀਮਤ ਘੱਟ ਗਈ ਹੈਗੀ ਹੈ। ਹੈਮਿਲਟਨ ਜਾਂ ਹੋਰ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਕੀਮਤਾਂ ਘਟੀਆਂ ਨੇ। ਸੋ ਕਿਆ ਇਨਵੈਸਟਰ ਹੁਣ ਮਾਰਕੀਟ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਏ ਨੇ? ਕਿਆ ਘਰਾਂ ਨੂੰ ਜਿਹੜਾ ਫਲਿੱਪ ਕਰਨ ਦਾ ਜ਼ਮਾਨਾ ਸੀ ਕਿਆ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ? ਇਹਦੇ ਉੱਤੇ ਡਿਟੇਲ ਚਰਚਾ ਜਿਹੜੀ ਅੱਗੇ ਚੱਲ ਕੇ ਤੁਹਾਡੇ ਨਾਲ ਕਰਾਂਗੇ। Why Media Group, the fastest growing media group in North America.